ਕੀ ਲਿਖਦਾ? ਮੈਂ 100 ਵੀ ਜੋੜਿਆ, ਲੱਖ ਵੀ ਜੋੜਿਆ, ਜੋੜ ਤੇ ਕਈ ਕਰੋੜ ਲਏ। ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ, ਪਰ ਮੈਂ ਅੰਦਰੋਂ ਨਾਤੇ ਤੋੜ ਲਏ। ਭੱਜਦਾ ਭੱਜਦਾ ਭੁੱਲ ਮੈਂ ਬੈਠਾ, ਭੱਜਦਾ ਭੱਜਦਾ ਭੁੱਲ ਮੈਂ ਬੈਠਾ, ਓਏ ਉਹਨੇ ਜੋ ਦੇਣਾ ਓਹੀਓ ਖਾਣਾ। ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ। ਉਹ ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ। ਆਖਰੀ ਬੋਲ ਹਜ਼ੂਰ ਕਿ ਆ ਗਈ ਚਿੱਠੀ, ਜਾਣ ਦਾ ਵੇਲਾ ਆ ਗਿਆ। ਆ ਗਈ ਚਿੱਠੀ ਤੇ ਆਵਾਜ਼ ਪੈ ਗਈ, ਆ ਗਈ ਚਿੱਠੀ ਤੇ ਆਵਾਜ਼ ਪੈ ਗਈ, ਮੈਂ ਰੋ ਰੋ ਕਰੀ ਤਿਆਰੀ। ਆ ਗਈ ਚਿੱਠੀ ਤੇ ਆਵਾਜ਼ ਪੈ ਗਈ, ਮੈਂ ਰੋ ਰੋ ਕਰੀ ਤਿਆਰੀ। ਬੰਨੀ ਗੱਠੜੀ ਮੈਂ ਚੁੱਕਣ ਲੱਗਾ, ਬੰਨੀ ਗੱਠੜੀ ਮੈਂ ਚੁੱਕਣ ਲੱਗਾ, ਤੇ ਉਹਨੇ ਭਰੇ ਵਗਾ ਕੇ ਮਾਰੀ। ਇੱਥੇ ਬੋਲਦਾ ਹੋ ਕਿ ਬਾਬਾ ਜਿਹੜੀਆਂ ਚੀਜ਼ਾਂ ਤੂੰ ਜੋੜੀਆਂ ਇਹ ਉੱਥੇ ਨਹੀਂ ਜਾਣੀਆਂ, ਇਹ ਨਾਲ ਨਹੀਂ ਜਾਣੀਆਂ। ਬਾਬਾ ਕਹਿੰਦਾ ਇਹ ਤਾਂ ਇੱਥੋਂ ਦਾ ਸਮਾਨ ਹੈ, ਉੱਥੋਂ ਵਾਲਾ ਸਮਾਨ ਹੋਰ ਹੈ, ਉਹ ਹੈਗਾ ਤਾਂ ਦੱਸ ਦੇ, ਤੇ ਨਹੀਂ ਤਾਂ। ਆ ਗਈ ਚਿੱਠੀ ਆਵਾਜ਼ ਪੈ ਗਈ, ਮੈਂ ਰੋ ਰੋ ਕਰੀ ਤਿਆਰੀ। ਬੰਨੀ ਗੱਠੜੀ ਮੈਂ ਚੁੱਕਣ ਲੱਗਾ, ਉਹਨੇ ਭਰੇ ਵਗਾ ਕੇ ਮਾਰੀ। ਹੁਣ ਉਸ ਗੱਠੜੀ ਮੈਂ ਕਿਹਾ ਤਾ ਜੀ, ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ, ਰਹਿ ਗਿਆ ਜੀ ਬਹੁਤ ਵੱਡਾ ਘਰ ਬਾਰ ਸੀ ਮੇਰਾ, ਰਹਿ ਗਿਆ ਜੀ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ, ਬਹੁਤ ਵੱਡਾ ਘਰ ਬਾਰ ਸੀ ਮੇਰਾ, ਉਹ ਕੱਲਾ ਕੱਲਾ ਯਾਰ ਸੀ ਮੇਰਾ, ਸੱਚ ਜਾਣਿਓ ਇਹ ਸੰਸਾਰ ਸੀ ਮੇਰਾ। ਸਭ ਰਹਿ ਗਿਆ ਜੀ, ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ, ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ, ਉਹ ਮੈਨੂੰ ਇੰਨਾ ਹੀ ਲਾਂਬੂ ਲਾਣਾ। ਮੈਂ ਉਹਦੀਆਂ ਉਹ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ। ਮੈਂ ਉਹਦੀਆਂ ਉਹ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਜਿਹੜਾ ਤੇਰੇ ਨਾਲ ਨਹੀਂ ਜਾਣਾ, ਜਿਹੜਾ ਤੇਰੇ ਵੀ ਨਾਲ ਨਹੀਂ ਜਾਣਾ, ਜਿਹੜਾ ਕਿਸੇ ਦੇ ਵੀ ਨਾਲ ਨਹੀਂ ਜਾਣਾ। ਨਾਲ ਨਾਲ ਸਜਣੋ ਇੱਕੋ ਹੀ ਚੀਜ਼ ਜਾਣੀ ਹੈ, ਨਾਲ ਜਾਣੀ ਹੈ, ਸਾਥ ਜਾਏਗੀ ਇੱਕ ਹਰੀ ਕਾ ਨਾਮ ਕੀ, ਹਰੀ ਦਾ ਨਾਮ ਦੀ ਕਮਾਈ ਹੋ।